ਮਾਸੀ ਜੀ ਤੁਸੀਂ ਆਪਸ 'ਚ ਸਲਾਹਾਂ ਤਾਂ ਕਰੀ ਜਾਣ ਦਿਓ ਵੀ ਇੱਕ ਦਿਨ ਉਹ ਆਜੂ ਇੱਕ ਦਿਨ ਉਹ ਆਜੂ, ਇੱਦਾਂ ਕਿੰਨਾ ਕੁ ਚਿਰ ਚੱਲੂ? ਜੇ ਕਿਸੇ ਨੇ ਆਉਣਾ ਨਾ ਕੋਈ ਹਫ਼ਤਾ ਰਹੇਗਾ ਤਾਂ ਫੇਰ ਹੀ ਕੰਮ ਚੱਲਣਾ ਮੈਂ। ਗੱਲ ਤਾਂ ਪਿੰਦਰ ਦੀ ਸਹੀ ਆ ਵੀ ਹਫ਼ਤਾ ਹਫ਼ਤਾ ਰਵਾਂਗੇ ਤਾਂ ਫੇਰ ਗੱਲ ਬਣਨੀ ਆ, ਪਰ ਮੇਰਾ ਤਾਂ ਘਰੇ ਔਖਾ ਹੀ ਆ ਨਾ, ਮੇਰੇ ਤਾਂ ਬੱਚੇ ਛੋਟੇ ਆ ਫਿਰ ਸਕੂਲ ਜਾਂਦੇ ਆ, ਤੇ ਮੈਂ ਫਿਰ ਇੱਥੇ ਕਿੱਦਾਂ ਰਿਹਾ ਕਰੂੰਗੀ? ਮੈਂ ਤਾਂ ਫਿਰ ਇੱਦਾਂ ਹੀ ਆ ਨਾ ਵੀ ਜਾਂ ਸ਼ਨੀਵਾਰ ਆ ਜਾ ਕਰੂੰ, ਰਾਤ ਰਿਹਾ ਕਰੂੰਗੀ, ਤੇ ਐਤਵਾਰ ਫਿਰ ਮੈਨੂੰ ਜਾਣਾ ਪਿਆ ਕਰਨਾ ਕਿ ਬੱਚੇ ਸੋਮਵਾਰ ਸਕੂਲ ਜਾਇਆ ਕਰਨਗੇ, ਤੇ ਫਿਰ ਇਹ ਆ ਕਿ ਇੱਦਾਂ ਮੇਰਾ ਤਾਂ ਬੜਾ ਔਖਾ। ਹੁਣ ਤੁਸੀਂ ਸੋਚ ਲਓ ਅੱਗੇ। ਭੈਣ ਜੀ ਗੱਲ ਤਾਂ ਸਹੀ ਆ ਪ੍ਰਭ ਦੀ, ਹੁਣ ਬੱਚੇ ਵੀ ਸਕੂਲ ਭੁਲੜੇ ਵਿਚਾਰੀ ਨੇ, ਤੇ ਔਖਾ ਜਿਹਾ ਹੀ ਲੱਗਣ ਡਿਆ ਵਾ। ਪਾਣੀ ਤੇ ਮੈਂ ਪੀ ਕੇ ਆਈ ਸਾਂ। ਬੀਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀਵਨ। ਇਹ ਕੁੜੀ ਕੌਣ ਆ ਜਿਹੜੀ ਮੈਨੂੰ ਪਾਣੀ ਪਿਆ ਕੇ ਗਈ ਆ? ਇਹ ਨਾ ਵੱਡੇ ਭੈਣ ਜੀ ਦੀ ਨੂੰਹ ਆ। ਅੱਛਾ ਹਾਂਜੀ। ਚਲੋ ਕੁੜੀ ਤੇ ਸੋਹਣੀ ਸੁਨੱਖੀ ਆ। ਹਾਂਜੀ ਹਾਂਜੀ ਹਾਂ, ਚੰਗੀ ਲੱਗਦੀ ਆ। ਕਲਵਾਈ ਨਹੀਂ, ਬੜੀ ਚੰਗੀ ਆ। ਚਲੋ ਵਧੀਆ ਹੈ। ਹਾਂਜੀ।